ਗਿਆ ਮੁਹੰਮਦ ਕਹਿੰਦਾ ਹਸਨ ਕਹਿੰਦਾ ਹੈ ਮੁਸਲਮਾਨ ਤੋਂ ਪੁੱਛ ਦਾਵਤ ਇਹ ਨੀ ਕਰਦੇ ਨਬੀ ਦਾ ਪਤਾ ਹੀ ਕੋਈ ਨਹੀਂ ਜਿਹਨਾਂ ਨੂੰ ਮੁਹਰਤ ਚਾਇਆ ਸੀ ਉਹਨਾਂ ਦੀ ਆਮਦ ਤੇ ਖੁਸ਼ ਕਿਉਂ ਨਹੀਂ ਹੋਇਆ ਮਗਰ ਉਸ ਦਾ ਮਜਬੂਰ ਹੈ ਜਿਤਨੀ ਤਮੀਜ਼ ਹੋਵੇ ਉਤਨਾ ਅਮਲ ਹੁੰਦਾ ਜਿਹੜੇ ਰਸੂਲ ਦਾ ਜਾਣਨਾ ਸੜਕਾਂ ਤੇ ਮੈਂ ਨਹੀਂ ਦਿੰਦਾ ਸੜਕ ਤੇ ਕੀ ਹੋਇਆ ਨਬੀ ਦੀ ਵਿਲਾਦਤ ਤੇ ਮੱਕੇ ਚ ਹੁੰਦੇ ਜਿਹੜੇ ਮੌਲਾ ਅਲੀ ਕਤਲ ਕੀਤੇ ਇਹ ਨਬੀ ਦੀ ਸ਼ਾਨ ਕੋ ਮਕਾਮ ਬੜਾ ਜਗਤ ਸੱਚ ਕਰ ਐਲਾਨ ਕਰ ਲੋਕਾਂ ਨੂੰ ਅਗੋ ਕੱਠੇ ਹੋਵੋ ਨਬੀ ਚਲੋ ਤੁਹਾਡੇ ਪਾਸੇ ਰਸੂਲ ਮਿੱਠਾ ਤੇ ਕੋਈ ਮਿੱਠੀ ਸ਼ਾਇਦ ਲੈ ਤੇ ਮੰਡਦੇ ਵਾ ਕੋਬਾ ਨੂੰ ਮਿੱਠਿਆਈ ਦੀ ਸਮੇਂ ਸ਼ਾਨ ਦੀ ਸਾਲਤ ਸੁਣ ਲਓ ਕੋਈ ਨਾ ਮੇਰੇ ਮੌਲਾ ਦੀ ਆਮਦ ਤੇ ਕੌਸਲ ਸੰਸਮੀਨ ਦਾ ਮੁਸਲ ਤੋਂ ਬਾਅਦ ਜਬਰੀਲਾ ਕਿੰਨੇ ਮਲੈਕਰ ਹੋਰਨ ਨਾਲ ਲੈ ਜਿੱਥੇ ਕੋਈ ਰੱਬੂ ਵਜੇ ਰੱਬੂ ਛੁੜਾ ਦਿੱਤਾ ਕੋਈ ਕਲਾਮ ਕਈ ਕਲਾਮ ਛੁੜਾ ਦਿੱਤਾ ਕੋਈ ਸਜਦਾ ਸਜਦਾ ਛੁੜਾ ਦਿੱਤਾ ਹਰ ਤਸਬੀਹ ਲੈ ਫਰਿਸ਼ਤੇ ਨਬੀ ਪੁੱਛਿਆ ਜੋ ਖੈਰੇ ਜਬਰੀਲ ਬੜੀਆਂ ਖੁਸ਼ੀਆਂ ਸੈਟਿੰਗ ਕਹੀਏ ਜਬਰੀਲ ਅਮੀਨ ਨੂੰ ਪੈਗਾਮ ਦੇਣਾ ਪਿਆ ਲੋਕ ਰਸੂਲ ਨੂੰ ਆਦੇ ਅੰਤ ਤੂੰ ਬੇ ਔਲਾਦੇ ਮਖਲੂਕ ਜ਼ਰੂਰਤ ਮੁਤਾਬਿਕ ਹਰ ਕੈਂ ਮੰਗਿਆ ਬੰਦਾ ਮੂਮਿਨ ਹੋਵੇ ਤੇ ਥੋੜਾ ਥੋੜਾ ਮੁਸਲਮਾਨ ਵੀ ਅਗਰ ਹੋਵੇ ਕੋਈ ਇਹ ਗੱਲ ਸੁਣ ਲੈ ਅਬੂ ਤਾਲਿਬ ਦੇ ਖਰਚੇ ਦਾ ਸਿਲਾ ਪੋਤਰੇ ਅਬੂ ਤਾਲਿਬ ਦੇ ਮੁਹੰਮਦ ਅਤੇ ਮੇਰੇ ਮਰ ਜਾ ਮੁਸਲਮਾਨ ਉਹਨਾਂ ਨੂੰ ਆਪਣਾ ਨਹੀਂ ਮੰਨਦਾ ਹਯਾ ਸਿੱਖ ਜੰਗ ਸਫੀਰ ਚ ਅਬਲਾ ਮਾ ਫਰਮਾਇਆ ਅੱਜ ਮੇਰੇ ਪੁੱਤਰ ਨਰਸਨ ਅਸਲਾਮ ਸ਼ਰੀਫਾਂ ਤਲਵਾਰਾਂ ਕਸ ਲਈ ਅਲੀ ਅਲੈਹ ਸਲਾਮ ਫਰਮਾਇਆ ਬੇਟਾ ਤੁਸੀਂ ਕਿਹਦੇ ਤਿਆਰ ਹੋ ਬਾਬਾ ਜੰਗ ਤੇ ਅੱਜ ਤੁਸੀਂ ਨਹੀਂ ਆਖਿਆ ਜੋ ਅੱਜ ਮੇਰੇ ਪੁੱਤਰ ਨਰਸਨ ਫਰਮਾਇਆ ਕਹਿ ਦੱਸਿਆ ਤੁਸੀਂ ਮੇਰੇ ਹੋ ਮੌਲਾ ਕੀ ਫਰਮਾਇਆ ਜਦ ਦੀ ਆਇਤ ਅਬਨਾ ਲਬ ਅਬਨਾਕੁਮ ਨਾਜ਼ਿਲ ਹੋਈ ਹੈ ਉਸ ਤੋਂ ਲੈ ਕੇ ਕਿਆਮਤ ਤੱਕ ਤੁਸੀਂ ਮੁਹੰਮਦ ਮੁਸਤਫਾ ਦੇ ਪੁੱਤਰ ਹੋ ਸਰਕਾਰ ਦੀ ਆਮਦ ਅੱਲਾ ਨੇ ਮੈਂ ਕਸੀਦਾ ਕੁਰਾਨ ਚ ਪੜ੍ਹੂਆ ਸ਼ੇਰ ਜਿਹੜੇ ਮੈਨੂੰ ਅੰਦਰ ਮੈਂ ਪੜ੍ਹਦੇ ਉਹਨੇ ਨਾਰਾਜ਼ ਤਾਂ ਨਹੀਂ ਬੈਠੇ ਤੇ ਸਿਰ ਥੋੜ੍ਹਾ ਜਿਹਾ ਉੱਚਾ ਚਾਹ ਪਾਣਾ ਮੈਂ ਪੜ੍ਹੂ ਪਿਆ ਕੁਰਾਨ ਚੋਂ ਪੜ੍ਹਨਾ ਚਾਹਨਾ ਫਲਾਇਨ ਸਾਰਾ ਜਹਾਨ ਪੜ੍ਹਦੇ ਕੋਈ ਕਹਿਣ ਦੀ ਮਿਸਾਲ ਕੋਈ ਕਹਿਣ ਦੀ ਮਿਸਾਲ ਕੋਈ ਆਪਣਾ ਦੀ ਮਿਸਾਲ ਕੋਈ ਵੈਰਾਂ ਦੀ ਮਿਸਾਲ ਕੋਈ ਦੁਸ਼ਮਣਾਂ ਨਾਲ ਮਿਸਾਲ ਦੇ ਕੇ ਫਜ਼ਾਇਲ ਪੜ੍ਹਦਾ ਕੋਈ ਭੈੜਿਆਂ ਨਾਲ ਗੱਲ ਕਰਕੇ ਫਜ਼ਾਇਲ ਪੜ੍ਹਦਾ ਕੋਈ ਪਾਕਿਜ਼ਮ ਨਾਲ ਮਿਸਾਲ ਦੇ ਕੇ ਜਪੜਦਾ ਕਿਦੂ ਕਿਦੂ ਪੜ੍ਹੀ ਵੇ ਬਦਾ ਲੋਕ ਯਕੀਨ ਕਰਨ ਨਾ ਕਰਨ ਕੁਰਾਨ ਤਾਂ ਸੱਚ ਆ ਯਾ ਹਸਨ ਬਿਨ ਅਲੀ ਤੇਰੀ ਸਨਾ ਕੁਰਾਨਾ
ہمیں منتشم دی سیٹنگ رکھا میرا کو کہ بھائی نعمت مظہر